हाँ जी सरबजीत, ये थोड़ा ऐसे बेटा जरा तुम अज लिखे सी। सो चलो अपन देखते हैं सेंटेंस वाइज। देर इज़ नो गेन सेइंग द फैक्ट दैट, ठीक है, एन इंक्रीजिंग नंबर ऑफ स्कूल लीवर्स हु लूज देयर एंथुसियाज्म फॉर एजुकेशन। ये सेंटेंस कंप्लीट नहीं हो रहा बेटा। इस प्रॉब्लम की है, ये हु ने प्रॉब्लम क्रिएट करी हैगी है। एन इंक्रीजिंग नंबर ऑफ स्कूल लीवर्स लूज देयर एंथुसियाजम फॉर एजुकेशन। ऐसे हु कट दो, फिर सेंटेंस सही हो जूगा। ये जी एडजेक्टिव क्लॉज है, थोड़ा ध्यान ना लगाया करो। कई बार तुसी बिचाली छड़ देने हो सेंटेंस में, सेंस नहीं कंप्लीट होंगी। हुण तुसी उरो एडजेक्टिव क्लॉज में चक के देखो कि ये सेंटेंस कंप्लीट हो रहा है, सेंटेंस कंप्लीट नहीं हो रहा। एन इंक्रीजिंग नंबर ऑफ स्कूल लीवर्स, इस दू बाद कुछ नहीं हैगा, है ना। सो एन इंक्रीजिंग नंबर ऑफ स्कूल लीवर्स हु लूज देयर एंथुसियाजम, तो हु कर दो, हु सॉरी लीवर्स लूज देयर एंथुसियाजम फॉर एजुकेशन। चलो ये टॉपिक्स, ये तो अपना टैंपलेट ही आ गया। हम आप BP1 से आने हैं। एट द आउटसेट देयर आर टू मेन फैक्टर्स दैट कैन बी ब्लेम्ड फॉर ड्रॉपिंग आउट स्कूल बाय द स्टूडेंट्स। टॉपिक सेंटेंस बहुत ब्लंडर आ, नहीं समझ आ रहा तुसी की कहना चाह रहे हो। बहुत ही पुअर टॉपिक सेंटेंस आ। अच्छा टॉपिक सेंटेंस विच कदे भी ज़्यादा वोकैब दिखाने की कोशिश ना करो। टॉपिक सेंटेंस बहुत ही इंपॉर्टेंट सेंटेंस होंगे, तुसी कीप इट सिंपल ते अपनी गल नू जिहड़ी तुहानू समझ आई है ऐसे प्रॉम्प्ट चो उन्होंने लिखन की कोशिश करया करो। हुण ऐसे प्रॉम्प्ट एक क्वेश्चन की आ, एक क्वेश्चन ये आ कि जिहड़े बंदे अपनी एजुकेशन कंप्लीट कर लेंदे आ, ਉਹ ਆਪਣੀ ਐਜੂਕੇਸ਼ਨ ਬਾਰੇ ਇੰਨਾ ਨੈਗੇਟਿਵ ਕਿਉਂ ਸੋਚਦੇ ਆ? ਉਹਨਾਂ ਨੂੰ ਕਿਉਂ ਲੱਗਦਾ ਕਿ ਜੋ ਅਸੀਂ ਪੜ੍ਹੇ ਹਾਂ ਉਹ ਅਸੀਂ ਸਾਡਾ ਵਧੀਆ ਨਹੀਂ ਰਿਹਾ ਐਕਸਪੀਰੀਅੰਸ? ਜ਼ਿਆਦਾਤਰ ਲੋਕਾਂ ਦਾ ਐਕਸਪੀਰੀਅੰਸ ਸਕੂਲ ਵਿੱਚ ਇਹ ਰਹਿੰਦਾ, ਚਾਹੇ ਯੂਨੀਵਰਸਿਟੀ ਆ ਚਾਹੇ ਸਕੂਲ ਆ, ਕਿ ਜੋ ਅਸੀਂ ਪੜ੍ਹੇ ਹਾਂ ਉਹ ਸਾਨੂੰ ਕੋਈ ਯੂਸਫੁਲ ਨਹੀਂ ਹੈਗਾ। ਮਤਲਬ ਮੈਂ BTECH ਕਰੀ ਸੀ ਤਾਂ ਮੈਨੂੰ BTECH ਕਰਨ ਤੋਂ ਬਾਅਦ ਲੱਗਦਾ ਹੁੰਦਾ ਸੀ ਯਾਰ ਕਿ ਮੈਨੂੰ ਕੁਝ ਹੋਰ ਕਰਨਾ ਸੀ, ਮੈਂ ਤਾਂ BTECH ਕਰਕੇ ਜੋਬਸ ਹੀ ਨਹੀਂ ਹੈਗੀਆਂ। ਤਾਂ ਉਹ ਇਸ ਤਰ੍ਹਾਂ ਦੀ ਸੋਚ ਹਰ ਇੱਕ ਬੰਦੇ 'ਚ ਆ। ਤੁਸੀਂ ਵੀ ਜਿਹੜੀ ਗ੍ਰੈਜੂਏਸ਼ਨ ਜਾਂ ਤੁਸੀਂ BEd ਕਰੀ ਹੈ, ਜੋ ਵੀ ਤੁਸੀਂ ਕੁਆਲੀਫਿਕੇਸ਼ਨ ਕਰੀ ਹੈ, ਸ਼ਾਇਦ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਯਾਰ ਮੈਨੇ ਕੁਛ ਹੋਰ ਕਰਨਾ ਸੀ, ਇਹਦੇ ਤਾਂ ਕੋਈ ਫਾਇਦਾ ਨਹੀਂ ਹੈਗਾ। ਠੀਕ ਹੈ, ਇਸ ਟੋਪਿਕ 'ਤੇ ਕੁਸ਼ਚਨ ਆ ਕਿ ਲੋਕਾਂ ਨੂੰ ਐਵੇਂ ਕਿਉਂ ਲੱਗਦਾ ਹੈਗਾ? ਠੀਕ ਆ। ਸੋ ਐਟ ਦਾ ਆਊਟਸੈਟ ਦੇਰ ਆਰ ਟੂ ਮੇਨ ਫੈਕਟਰਸ ਦੈਟ ਕੈਨ ਬੀ ਬਲੇਮਡ ਫਾਰ ਵਾਏ 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 ਅੱਛਾ ਵਾਏ ਪਾਓ ਵਾਏ ਮੈਨੀ ਸਕੂਲ ਗ੍ਰੈਜੂਏਟਸ ਹੈਵ ਅ ਨੈਗੇਟਿਵ ਐਟੀਟਿਊਡ ਟਰਵਰਡ ਸਕੂਲਸ ਔਰ ਟਰਵਰਡਸ ਐਜੂਕੇਸ਼ਨ। ਕਿ ਕਿਉਂ ਲੋਕ ਜਿਹੜੇ ਸਕੂਲ ਪਾਸ ਆਊਟ ਕਰ ਲੈਂਦੇ ਹਨ ਉਹਨਾਂ ਦਾ ਕਿਉਂ ਐਜੂਕੇਸ਼ਨ ਪ੍ਰਤੀ ਜਿਹੜਾ ਰੁਝਾਨ ਆ ਉਹ ਨੈਗੇਟਿਵ ਕਿਉਂ, ਉਹਨਾਂ ਦੀ ਸੋਚ ਨੈਗੇਟਿਵ ਕਿਉਂ ਹੋਈ ਵੀ ਹੈਗੀ ਹੈ? ਠੀਕ ਹੈ, ਦਿਸ ਇਜ਼ ਯੋਰ ਟੋਪਿਕ ਸੈਂਟੈਂਸ। ਹੁਣ ਤੁਸੀਂ ਫਸਟ ਰੀਜ਼ਨ ਦੇ ਰਹੇ ਹੋ, ਦਾ ਮੋਸਟ ਪ੍ਰੋਬੇਬਲ ਰੀਜ਼ਨ ਇਜ਼ ਦੈਟ ਸਟੱਡਿੰਗ ਐਟ ਸਕੂਲ ਸਟੱਡਿੰਗ ਐਟ ਅ ਸਕੂਲ ਜਦੋਂ ਇੱਕ ਲਿਖ ਰਹੇ ਹੋ ਤਾਂ ਜ਼ਿਆਦਾਤਰ ਉਹਦੇ ਅੱਗੇ ਇਹ ਆ ਜਾਊਗਾ, ਸਟੱਡਿੰਗ ਐਟ ਅ ਸਕੂਲ। ਚਲੋ ਠੀਕ ਹੈ, ਐਡਾ ਆਰਟੀਕਲ ਦੀ ਮੈਂ ਜ਼ਿਆਦਾ ਟੈਨਸ਼ਨ ਨਹੀਂ ਲੈਂਦਾ ਹੁੰਦਾ। ਸਟੱਡਿੰਗ ਐਟ ਸਕੂਲ ਪੁੱਟਸ, ਇੱਥੇ ਐਸ ਹੋਣਾ ਸੀ ਵਰਬ ਨਾਲ, ਪ੍ਰੈਜੈਂਟ ਸਿੰਪਲ ਟੈਂਸ ਹੈ, ਪੁੱਟਸ ਮੋਰ ਪ੍ਰੈਸ਼ਰ ਔਨ ਸਟੂਡੈਂਟਸ। ਮੋਰ ਦਾ ਬਹੁਤ ਤੁਸੀਂ ਰੋਂਗ ਯੂਜ਼ ਕਰ ਰਹੇ ਹੋ ਮੇਰੇ ਖਿਆਲ 'ਚ। ਮੈਂ ਤੁਹਾਨੂੰ ਸਪੀਕਿੰਗ 'ਚ ਵੀ ਇਹਨੂੰ ਐਕਸਪਲੇਨ ਕਰਿਆ ਸੀ, ਮੈਨੂੰ ਇਹਦੇ ਸਪੈਸ਼ਲ ਲੈਕਚਰ ਦੇਣਾ ਪੈਣਾ ਹੈਗਾ ਮੋਰ ਦੇ ਉੱਤੇ, ਇਟਸ ਓਕੇ। ਮੋਰ ਦਾ ਮਤਲਬ ਹਮੇਸ਼ਾ ਵੈਰੀ ਨਹੀਂ ਹੁੰਦਾ ਰਾਜੇ, ਇੱਥੇ ਮੋਰ ਆਪਾਂ ਉਦੋਂ ਲਗਾਓ। ਚਲੋ ਮੈਂ ਲੈਕਚਰ ਬਾਅਦ 'ਚ ਐਕਸਪਲੇਨ ਕਰੂੰਗਾ, ਇੱਥੇ ਮੈਂ ਤੁਹਾਨੂੰ ਮੋਰ ਦੀ ਜਗ੍ਹਾ 'ਤੇ ਦੱਸ ਦੇਣਾ ਕਿ ਕੀ ਲੱਗੂਗਾ। ਸਟੱਡਿੰਗ ਐਟ ਸਕੂਲ ਪੁੱਟਸ, ਸਟੱਡਿੰਗ ਐਟ ਸਕੂਲ ਪੁੱਟਸ ਅ ਲੋਟ ਆਫ ਪ੍ਰੈਸ਼ਰ, ਇੱਥੇ ਮੋਰ ਜਗ੍ਹਾ 'ਤੇ ਆਊਗਾ, ਅ ਲੋਟ ਆਫ ਪ੍ਰੈਸ਼ਰ ਔਨ ਸਟੂਡੈਂਟਸ ਵਿਚ ਕੈਨ ਡੇਂਜਰ ਡੇਂਜਰ ਵਿਚ ਕੈਨ ਡੇਂਜਰ ਫਾਰ ਦ ਮਾਇੰਡ। ਇਹ ਵੀ ਸੈਂਟੈਂਸ ਕੰਪਲੀਟ ਨਹੀਂ ਹੋ ਰਿਹਾ, ਵਿਚ ਕੈਨ ਡੇਂਜਰ ਫਾਰ ਦ ਮਾਇੰਡ, ਇਹ ਸੈਂਸ ਨਹੀਂ ਸਹੀ ਬਣ ਰਹੀ। ਵਿਚ ਕੈਨ ਬੀ ਡੇਂਜਰਸ ਫਾਰ ਦ ਮਾਇੰਡ, ਡੇਂਜਰ ਜਿੰਨੀ ਮੇਰੀ ਨੌਲੇਜ ਆ ਡੇਂਜਰ ਵਰਬ ਨਹੀਂ ਹੈਗਾ। ਤੁਸੀਂ ਕੈਨ ਤੋਂ ਬਾਅਦ ਵਰਬ ਲਾਉਣਾ ਸੀ ਪਰ ਡੇਂਜਰ ਵਰਬ ਨਹੀਂ ਹੈਗਾ, ਇੱਥੇ ਆਉਣਾ ਸੀ ਕੈਨ। ਵਿਚ ਕੈਨ ਬੀ ਡੇਂਜਰਸ ਫਾਰ ਦ ਮਾਇੰਡਸ ਆਫ ਦੀਜ ਸਟੂਡੈਂਟਸ। ਇਸ ਤਰ੍ਹਾਂ ਆਪਾਂ ਖਤਮ ਕਰ ਦਿੰਦੇ, ਚਲੋ ਫਾਰ ਦ ਮਾਇੰਡ ਵੀ ਹੋ ਸਕਦਾ ਪਰ ਮਾਇੰਡ ਕਿਹਨਾਂ ਦਾ, ਫਾਰ ਦ ਮਾਇੰਡ ਆਫ ਦੀਜ ਸਟੂਡੈਂਟਸ, ਇਸ ਤਰ੍ਹਾਂ ਗੱਲ ਖਤਮ ਕਰ ਸਕਦੇ ਸੀ। ਇਨ ਅਦਰ ਵਰਡਸ ਦੀਜ ਡੇਜ਼ ਸਟੱਡਿੰਗ ਇਨ ਸਕੂਲ ਮੋਰ ਕੰਪਲੀਕੇਟਡ ਫਾਰ ਦ ਸਟੂਡੈਂਟਸ।
ਠੀਕ ਆ ਇੱਥੇ ਮੋਰ ਸਹੀ ਆ ਕਿ ਅੱਜ ਕੱਲ੍ਹ ਜ਼ਿਆਦਾ ਕੰਪਲੀਕੇਟਡ ਆ ਐਜ਼ ਕੰਪੇਅਰ ਟੂ ਦਾ ਪਾਸਟ ਕੁਛ ਸੈਂਸ ਦੇ ਵਿੱਚ ਇਹ ਗੱਲ ਬਣ ਰਹੀ ਹੈ ਮੋਰ ਦੀ ਇੱਥੇ ਦੀਜ ਡੇ ਸਟੱਡਿੰਗ ਇਨ ਸਕੂਲ ਇਜ਼ ਇੱਥੇ ਇਜ਼ ਖਾ ਗਏ ਸਟੱਡਿੰਗ ਇਨ ਸਕੂਲ ਇਜ਼ ਮੋਰ ਕੰਪਲੀਕੇਟਡ ਫਾਰ ਦਾ ਸਟੂਡੈਂਟਸ ਐਜ਼ ਦੇ ਡਿਮਾਂਡਸ ਹੁਣ ਦੇ ਕੌਣ ਆ ਐਜ਼ ਦੇ ਡਿਮਾਂਡ ਅਲੋਟ ਆਫ ਅਸਾਈਨਮੈਂਟਸ ਆਫ ਡਿਫਰੈਂਟ ਸਬਜੈਕਟਸ ਫਰੋਮ ਦਾ ਸਟੂਡੈਂਟਸ ਹੁਣ ਇਹ ਦੇ ਤੁਸੀਂ ਇੱਦੋਂ ਪਹਿਲਾਂ ਕਿੱਥੇ ਮੈਨਸ਼ਨ ਕਰਿਆ ਹੈਗਾ ਕਿ ਇਹ ਦੇ ਕੌਣ ਆ ਇਹ ਰਾਏ ਤੁਹਾਡੇ CC ਦੇ ਨੰਬਰ ਖਾ ਜੂਗੀ ਇਹ ਚੀਜ਼ ਪਲੀਜ਼ ਐਵੇਂ ਦੇ ਨੂੰ ਮੈਂ ਬਹੁਤ ਵਾਰ ਕਮੈਂਟ ਕਰਦਾ ਹੂ ਇਜ਼ ਦਿਸ ਦੇ ਇਹ ਦੇ ਇੱਥੇ ਕਲੀਅਰ ਨਹੀਂ ਹੈਗਾ ਕਿ ਕੌਣ ਹੈਗਾ ਠੀਕ ਆ ਤਾਂ ਇੱਥੇ ਦੇ ਜਗ੍ਹਾ 'ਤੇ ਕੀ ਆਊਗਾ ਹਾਂ ਟੀਚਰ ਆਊਗਾ ਇੱਥੇ ਸੋ ਦੀਜ ਡੇਜ ਸਟੱਡਿੰਗ ਇਨ ਸਕੂਲ ਇਜ਼ ਮੋਰ ਕੰਪਲੀਕੇਟਡ ਫਾਰ ਦਾ ਸਟੂਡੈਂਟਸ ਐਜ਼ ਟੀਚਰਸ ਫਿਰ ਡਿਮਾਂਡਸ ਦੇ ਪਿੱਛੇ ਐੱਸ ਲਾਇਆ ਉਹ ਗਲਤ ਲੱਗ ਗਿਆ ਕਿਉਂਕਿ ਡਿਮਾਂਡ ਵਰਬ ਆ ਇਹਦੇ ਪਿੱਛੇ ਐੱਸ ਨਹੀਂ ਲੱਗੂਗਾ ਕਿਉਂਕਿ ਦੇ ਕੀ ਆ ਬਹੁ ਵਚਨ ਆ ਸੋ ਡਿਮਾਂਡ ਅਲੋਟ ਆਫ ਅਸਾਈਨਮੈਂਟਸ ਆਫ ਡਿਫਰੈਂਟ ਸਬਜੈਕਟਸ ਫਰੋਮ ਦੇਅਰ ਸਟੂਡੈਂਟਸ ਠੀਕ ਹੈ ਜੀ ਫੁੱਲ ਸਟੋਪ ਦੀਜ ਥਿੰਗਸ ਗਿਵ ਮੋਰ ਪ੍ਰੈਸ਼ਰ ਟੂ ਸਟੂਡੈਂਟਸ ਇਹ ਚੀਜ਼ਾਂ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਦਿੰਦੀਆਂ ਹਨ ਵੈਸੇ ਗਿਵ ਦੇ ਨਾਲ ਪ੍ਰੈਸ਼ਰ ਵਰਬ ਇਹ ਸਹੀ ਨਹੀਂ ਚੱਲਦਾ ਹਲਕੀ ਜਿਹੇ ਇਹਨੂੰ ਵਕੈਬ ਦੀ ਪ੍ਰੋਬਲਮ ਕਹਾਂਗੇ ਤਾਂ ਦੀਜ ਥਿੰਗਸ ਪੁੱਟ ਇੱਥੇ ਪੁੱਟ ਹੀ ਸਹੀ ਆਉਣਾ ਹੈਗਾ ਦੀਜ ਥਿੰਗਸ ਪੁੱਟ ਮੋਰ ਪ੍ਰੈਸ਼ਰ ਔਨ ਦਾ ਸਟੂਡੈਂਟ ਜੇ ਪੁੱਟ ਲਗਾਓਗੇ ਫਿਰ ਔਨ ਲਾਉਣਾ ਪੈਂਦਾ ਗਿਵ ਨਾਲ ਟੂ ਬਿਲਕੁਲ ਸਹੀ ਲਗਾਇਆ ਸੀ ਤੁਸੀਂ ਨੇ ਚਲੋ ਮੈਂ ਹਾਲੇ ਇਹਨੂੰ ਭੰਨੀ ਵਾਲਾ ਬਰੀਕੀ ਜਾਂਦੇ ਤਾਂ ਗਿਵ ਨਾਲ ਵੀ ਆਪਾਂ ਕੰਮ ਚਲਾ ਸਕਦੇ ਹਾਂ ਪਰ ਜ਼ਿਆਦਾ ਵਧੀਆ ਨਹੀਂ ਹੈਗਾ ਦੀਜ ਥਿੰਗਸ ਗਿਵ ਮੋਰ ਪ੍ਰੈਸ਼ਰ ਟੂ ਸਟੂਡੈਂਟਸ ਸਿੰਸ ਸਮਟਾਈਮਸ ਸਟੂਡੈਂਟਸ ਹੁਣ ਤੁਸੀਂ ਫਿਰ ਸਟੂਡੈਂਟਸ ਨੂੰ ਰਿਪੀਟ ਕਰ ਰਹੇ ਹੋ ਸਟੂਡੈਂਟਸ ਉੱਥੇ ਲਿਖੇ ਜੀ ਇੱਥੇ ਦੇ ਕਿਉਂ ਨਹੀਂ ਲਿਖਦੇ ਹੈਗੇ ਦੇ ਕੈਨ ਨੋਟ ਹੈਂਡਲ ਆਲ ਦਾ ਥਿੰਗਸ ਸਮਟਾਈਮਸ ਦੇ ਕੈਨ ਨੋਟ ਹੈਂਡਲ ਆਲ ਦਾ ਥਿੰਗਸ ਆਫ ਦੇਅਰ ਐਜੂਕੇਸ਼ਨ ਬਹੁਤ ਹੱਦ ਤੱਕ ਠੀਕ ਆ ਆਈਡੀਆ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ ਪਰ ਪ੍ਰੈਜੈਂਟੇਸ਼ਨ ਕੁਛ ਹੱਦ ਤੱਕ ਠੀਕ ਆ ਸੋ ਅਨਦਰ ਓਬਵੀਅਸ ਕੋਜ਼ ਆਫ ਦਿਸ ਟ੍ਰੈਂਡ ਇਜ਼ ਦੈਟ ਇਸ ਤੱਕ ਠੀਕ ਸੀ ਜੂਨੀਅਰ ਸਟੂਡੈਂਟਸ ਸੀ ਐਗਜ਼ਾਮਪਲਸ ਆਫ ਦੇਅਰ ਸੀਨੀਅਰ ਅਰਾਊਂਡ ਦੈਮ ਹੂ ਆਰ ਸਟਰਗਲਿੰਗ ਟੂ ਇਸ ਤੱਕ ਠੀਕ ਲੱਗ ਰਿਹਾ ਹੈਗਾ ਹੂ ਆਰ ਸਟਰਗਲਿੰਗ ਟੂ ਫਾਈਂਡ ਦਾ ਜੋਬਸ ਇਨ ਦਾ ਫੀਲਡ ਇਹ ਸੈਂਟੈਂਸ ਗਰਮੈਟੀਕਲੀ ਸਹੀ ਹੈ ਅਤੇ ਸੈਂਸ ਵੀ ਬਣ ਰਹੀ ਹੈਗੀ ਆ ਵਟ ਆਈ ਮੀਨ ਬਾਏ ਦਿਸ ਇਜ਼ ਦੈਟ ਸਮ ਸਟੂਡੈਂਟਸ ਹੁਣ ਸਮ ਲਾਤਾ ਬਹੁਤ ਲਾਤਾ ਪਿੱਛੇ ਐੱਸ ਖਾ ਗਏ ਸਟੂਡੈਂਟਸ ਥਿੰਕ ਦੈਟ ਆਫਟਰ ਪਾਸਿੰਗ ਦਾ ਗ੍ਰੈਜੂਏਸ਼ਨ ਫਰੋਮ ਸਕੂਲ ਆਫਟਰ ਪਾਸਿੰਗ ਦਾ ਗ੍ਰੈਜੂਏਸ਼ਨ ਫਰੋਮ ਸਕੂਲ ਦੇ ਆਰ ਨੋਟ ਆਫ ਗੈਟਿੰਗ ਅ ਜੋਬ ਦੇ ਆਰ ਨੋਟ ਗੈਟਿੰਗ ਅ ਜੋਬ ਇਹ ਨਹੀਂ ਗੱਲ ਸਹੀ ਬਣ ਰਹੀ ਦੇ ਵਿਲ ਨੋਟ ਗੈਟ ਅ ਜੋਬ ਜਾਂ ਦੇ ਡੂ ਨੋਟ ਗੈਟ ਅ ਜੋਬ ਆਰ ਆਫ ਨੋਟ ਗੈਟਿੰਗ ਇਹ ਸੈਂਸ ਨਹੀਂ ਬਣ ਰਹੀ ਹੈਗੀ ਦੇਅਰ ਫੋਰ ਦੇ ਫੋਲੋ ਦੇਅਰ ਸੀਨੀਅਰਸ ਫਿਰ ਇਹਦੀ ਕੋਈ ਸੈਂਸ ਨਹੀਂ ਹੈਗੀ ਇੱਥੇ ਦੇ ਫੋਲੋ ਦੇਅਰ ਸੀਨੀਅਰ ਠੀਕ ਆ ਗੱਲ ਬਣ ਰਹੀ ਆ ਪਰ ਅੱਛੀ ਗੱਲ ਕੀ ਹੈ ਕਿ ਦੇਅਰ ਫੋਰ ਦੇ ਹੈਵ ਅ ਨੈਗੇਟਿਵ ਐਟੀਟਿਊਡ ਟਵਰਡਸ ਐਜੂਕੇਸ਼ਨ ਰਿਜ਼ਲਟ ਆਪਾਂ ਆਪਣੇ ਪੁਆਇੰਟ ਦਾ ਕੀ ਕੱਢਣਾ ਹੈਗਾ ਜਿਹੜਾ ਐਸੇ ਦੇ ਵਿੱਚ ਆਪਾਂ ਨੂੰ ਪੁੱਛੀ ਗਈ ਹੈਗੀ ਇਹ ਚੀਜ਼ ਠੀਕ ਹੈ ਜੀ ਸੋ BP2 ਤੇ ਆਉਂਦੇ ਆ However, there are several actions that can be taken to mitigate the issue dropping out schools by the students. Nahi, if a topic sentence problem aagi. However, there are several actions that can be taken to mitigate the issue of having a negative attitude towards education by the school graduates, by the school leaver, by the institute leaver, ਹੈ ਨਾ ਤਾਂ ਇਸ ਤਰ੍ਹਾਂ ਇਸ ਸੈਂਟੈਂਸ ਨੂੰ ਮੈਂ ਸਹੀ ਕਰਕੇ ਲਿਖ ਸਕਦਾ ਹੈਗਾ ਅਗੇਨ ਟੋਪਿਕ ਸੈਂਟੈਂਸ ਦੀ ਪ੍ਰੋਬਲਮ ਸੀ ਅੱਜ ਮੇ ਬੀ ਤੁਹਾਨੂੰ ਟੋਪਿਕ ਔਖਾ ਲੱਗਿਆ ਹੋਵੇ ਇਸ ਕਰਕੇ ਤੁਹਾਡਾ ਟੋਪਿਕ ਸੈਂਟੈਂਸ ਢੰਗ ਦੇ ਨਹੀਂ ਬਣ ਰਹੇ ਇਹਦੇ ਵਿੱਚ ਟੂ ਡੀਲ ਵਿਦ ਦਿਸ ਇਸ਼ੂ ਕੌਮਾ ਹੋਣਾ ਚਾਹੀਦਾ ਸੀ ਮੇ ਬੀ ਲਾਇਆ ਹੋਵੇ ਮੈਨੂੰ ਫਸਟ ਆਫ ਲੱਗ ਰਿਹਾ ਟੀਚਰਸ ਸ਼ੁੱਡ ਹੈਲਪ ਦਾ ਸਟੂਡੈਂਟਸ ਫਾਰ ਡੂਇੰਗ ਅਸਾਈਨਮੈਂਟਸ ਟੀਚਰ ਨੂੰ ਹੈਲਪ ਕਰਨੀ ਚਾਹੀਦੀ ਹੈ ਆਪਣੇ ਇਹ ਠੀਕ ਸੀ ਫਿਰ ਟੀਚਰ ਦੁਆਰਾ ਕਿਉਂ ਲਿਖ ਰਹੇ ਉੱਥੇ ਦੇ ਪਾ ਦਿਉ ਦੇ ਕੈਨ ਐਕਸਪਲੇਨ ਦੇਅਰ ਸਟੱਡੀ ਵਰਕ ਇਨ ਕਲਾਸ ਇਨ ਐਨ ਈਜ਼ੀ ਵੇ ਇੱਥੇ ਐਨ ਮਿਸ ਕਰ ਗਏ ਇਨ ਐਨ ਈਜ਼ੀ ਵੇ ਦੇ ਸ਼ੁੱਡ ਗਿਵ ਲੈਸ ਨੰਬਰ ਆਫ ਅਸਾਈਨਮੈਂਟਸ ਟੂ ਸਟੂਡੈਂਟਸ ਉਹਨੂੰ ਘੱਟ ਅਸਾਈਨਮੈਂਟਾਂ ਦੇਣੀਆਂ ਚਾਹੀਦੀਆਂ ਨੇ ਬਿਕੋਜ਼ ਦੇਅਰ ਸਟੂਡੈਂਟਸ ਇੱਥੇ ਦੇਅਰ ਸਟੂਡੈਂਟਸ ਕਰੋ ਨਾ ਕਿ ਇਕੱਲੇ ਸਟੂਡੈਂਟਸ ਕਰੋ ਫਿਰ
ਆਪਾਂ ਬਾਰ ਬਾਰ ਉਹਨੂੰ ਰਿਪੀਟ ਕਰ ਰਹੇ ਹਾਂ, ਪਰ ਜੇ ਤੁਸੀਂ ਇੱਥੇ ਲਿਖ ਵੀ ਦਿਓਗੇ ਕੋਈ ਮਾੜੀ ਗੱਲ ਨਹੀਂ, ਪਰ ਇੱਥੇ ਜ਼ਿਆਦਾ ਐਪਰੋਪ੍ਰੀਏਟ ਕੀ ਸੀ, ਦੇਅਰ ਸਟੂਡੈਂਟਸ ਕੈਨ ਗੁੱਡ ਵਰਕ ਇਨ, ਕੈਨ ਡੂ ਗੁੱਡ ਵਰਕ, ਡੂ ਮਿਸ ਕਰ ਗਏ, ਵਰ ਫਿਰ ਮਿਸ ਕਰ ਗਏ, ਕੈਨ ਡੂ ਗੁੱਡ ਵਰਕ ਇਨ ਦੇਅਰ ਐਜੂਕੇਸ਼ਨ, ਠੀਕ ਹੈ ਜੀ। ਬਿਸਾਈਡਸ ਵਨ ਆਫ ਦਾ ਅਦਰ ਇਫੈਕਟਿਵ ਮੈਜਰਸ ਇਜ਼ ਦੈਟ ਦ ਇਨਫਰਾਸਟਰਕਚਰ ਆਫ ਐਜੂਕੇਸ਼ਨ ਇੰਸਟੀਚਿਊਟ ਸ਼ੁੱਡ ਬੀ ਇੰਪਰੂਵਡ, ਸ਼ੁੱਡ ਬੀ ਇੰਪਰੂਵਡ, ਸ਼ੁੱਡ ਬੀ ਪੈਸਿਵ ਚ ਆਉਣਾ ਸੀ, ਇਨਫਰਾਸਟਰਕਚਰ ਨੂੰ ਇੰਪਰੂਵ ਕਰਿਆ ਜਾਊਗਾ, ਇਨਫਰਾਸਟਰਕਚਰ ਥੋੜ੍ਹਾ ਇੰਪਰੂਵ ਕਰੂਗਾ, ਇਨਫਰਾਸਟਰਕਚਰ ਆਫ ਐਜੂਕੇਸ਼ਨ ਇੰਸਟੀਚਿਊਟ ਸ਼ੁੱਡ ਬੀ ਇੰਪਰੂਵਡ, ਇਨ ਅਦਰ ਵਰਡਸ ਦੇ ਕੈਨ ਪ੍ਰੋਵਾਈਡ ਸੂਟੇਬਲ ਵਰਕਸ ਟੂ ਸਟੂਡੈਂਟਸ। ਟੀਚਰ ਨਹੀਂ ਪ੍ਰੋਵਾਈਡ ਕਰਨਗੇ, ਗੌਰਮੈਂਟ ਪ੍ਰੋਵਾਈਡ ਕਰੂਗੀ। ਇੱਥੇ ਆਪਾਂ ਇਹ ਕਹਿ ਸਕਦੇ ਸੀ ਗੌਰਮੈਂਟ ਸ਼ੁੱਡ ਪ੍ਰੋਵਾਈਡ ਸੂਟੇਬਲ ਜਾਂ ਗੁੱਡ ਜੋਬ ਓਪਰਚੁਨਿਟੀਜ਼ ਟੂ ਦਾ ਸਟੂਡੈਂਟਸ। ਸੋ ਮੈਂ ਬੀ ਪੀ ਵਨ ਨਾਲ ਬੀ ਪੀ ਟੂ ਦੀ ਜ਼ਿਆਦਾ ਵੈਲੂਏਸ਼ਨ ਕਰ ਰਿਹਾ ਹੈਗਾ, ਬਾਕੀ ਚਲੋ ਤੁਸੀਂ ਕਰ ਲੈਂਦੇ ਹੈਗੇ ਹੋ। ਸੋ ਦੈਟਸ ਇਟ, ਆਈ ਹੋਪ ਕਿ ਇਹ ਤੁਹਾਡੇ ਲਈ ਹੈਲਪਫੁਲ ਹੋਊਗੀ ਜਿਹੜੀ ਫੀਡਬੈਕ ਦਿੱਤੀ ਹੈ। ਆਈ ਰੈਕਮੈਂਡ ਕਿ ਇਸੇ ਐਸੇ ਨੂੰ ਦੁਬਾਰਾ ਸਹੀ ਕਰਕੇ ਲਿਖ ਲਿਓ, ਮੈਂ ਚੈੱਕ ਨਹੀਂ ਕਰ ਪਾਊਂਗਾ ਦੁਬਾਰਾ ਤੋਂ, ਪਰ ਇਸ ਐਸੇ ਨੂੰ ਤੁਸੀਂ ਦੁਬਾਰਾ ਤੋਂ ਲਿਖ ਸਕਦੇ ਹੈਗੇ। ਓਕੇ, ਥੈਂਕ ਯੂ।